बीते दिनी भिखीविंड पुलिस एनकाउंटर विच मारे गए दो निहंगां दा अज सिविल हस्पताल पट्टी विखे पोस्टमार्टम किया गया, जिस दौरान गुरदेव सिंह पुत्र बलविंदर सिंह अते महताब सिंह दा पोस्टमार्टम किया गया। इस मौके मृतक गुरदेव सिंह दे पिता बलविंदर सिंह अमृतसर ने दस्या कि गुरदेव सिंह जो कि बैटरी वाला रिक्शा चला के अपने घर का गुजारा करता सी। इसे दौरान गुरदेव सिंह की मुलाकात बाबा संतोख सिंह नंदेड़ साहिब नाल हुंदी है ते गुरदेव सिंह बाबा संतोख सिंह नाल ही नंदेड़ साहिब महाराष्ट्र चला गया। वह महीने विच एक दो बार घर आउंदा सी, फिर वह महाराष्ट्र चला जांदा सी। गुरदेव सिंह दीयां दो बेटियां भी हन। दूसरे निहंग महताब सिंह का भी पोस्टमार्टम किया गया। महताब सिंह दे परिवारक मैंबर ना आउण करके उसका संस्कार करन दी जिम्मेवारी हरपाल सिंह बलेर जनरल सकत्तर श्रोमणी अकाली दल अमृतसर मान दल नूं सौंपी गई है। इस मौके हरपाल सिंह श्रोमणी अकाली दल मान दल ने दस्या है कि महताब दे वारिस ना आउण कारण उसका संस्कार श्रोमणी अकाली दल अमृतसर वालों किया जाएगा। वर्णन योग है कि मृतक के खिलाफ महाराष्ट्र में बाबा संतोख सिंह की हत्या करन विरुद्ध शिकायत दर्ज है ते महाराष्ट्र तो पुलिस पूरे केस की जांच लई पहुंची हुई सी। इस मौके SMO डॉक्टर गुरप्रीत सिंह राय ने दस्या है कि दो लाशां का पोस्टमार्टम करके गुरदेव सिंह की लाश नूं वारसां दे हवाले कर ਦਿੱਤਾ ਗਿਆ, ਜਦੋਂ ਕਿ ਮਹਿਤਾਬ ਸਿੰਘ ਦੀ ਲਾਸ਼ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਇਹ ਕਿਤੇ ਨਾ ਕਿਤੇ ਸਾਨੂੰ 84 ਦਾ ਮਾਹੌਲ ਯਾਦ ਆ ਰਿਹਾ ਹੈ, ਕਿਉਂਕਿ ਇਹ ਮੰਦਭਾਗੀ ਗੱਲ ਹੈ ਕਿ ਦੋ ਸਿੰਘਾਂ ਨੂੰ ਫੜਨ ਵਾਸਤੇ ਪੁਲਿਸ ਨਾਕਾਮ ਰਹੀ ਹੈ। ਉਹਨਾਂ ਨੂੰ ਫੜ ਕੇ ਜੇ ਉਹਨਾਂ ਦਾ ਕਸੂਰ ਹੈ, ਉਹ ਕਿਸੇ ਕੇਸ ਦੇ ਵਿੱਚ ਉਹ ਲੁੜੀਂਦੇ ਆ, ਤਾਂ ਫਿਰ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਸਹੀ ਢੰਗ ਨਾਲ ਹੋ ਸਕਦੀ ਸੀ, ਜਾਂ ਫਿਰ ਉਹਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰ ਕੇ ਵੀ ਫੜਿਆ ਜਾ ਸਕਦਾ ਸੀ। ਪਰ ਜਿਹੜਾ ਉਹਨਾਂ ਨੂੰ ਸਿੱਧਾ ਸ਼ੂਟ ਕਰਕੇ ਉਹਨਾਂ ਦੇ ਸਿਰ 'ਚ ਗੋਲੀਆਂ ਮਾਰ ਕੇ ਮਾਰ ਦੇਣਾ, ਇਹ ਤਾਂ ਅੱਤ ਨਿੰਦਣਯੋਗ ਗੱਲ ਹੈ, ਜਿਹਦੇ ਨਾਲ ਕੌਮ ਨੂੰ ਠੇਸ ਪਹੁੰਚਦੀ ਹੈ ਅਤੇ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਹੈ। ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ, ਕਿਉਂਕਿ ਡਿਪਟੀ ਕਮਿਸ਼ਨਰ ਦਾ ਵੀ ਇਹ ਬਿਆਨ ਆਇਆ ਕਿ ਇਹਦੇ 'ਤੇ ਜਾਂਚ ਹੋਣੀ ਚਾਹੀਦੀ ਹੈ, ਮੈਜਿਸਟਰੇਟ ਵੱਲੋਂ ਹੋਣੀ ਚਾਹੀਦੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਮੈਜਿਸਟਰੇਟ ਵੱਲੋਂ ਜਾਂਚ ਹੋਣੀ ਚਾਹੀਦੀ, ਕਿਉਂਕਿ ਇਹ ਜਿਹੜਾ ਨਾ ਤਾਂ ਉਹਨਾਂ ਦੀਆਂ ਕਿਰਪਾਨਾਂ ਨੂੰ ਕਿਤੇ ਅਜੇ ਖੂਨ ਲੱਗਾ ਵੇਖਿਆ ਹੈ, ਅਤੇ ਨਾ ਹੀ ਕਿਤੇ ਸਾਡੀ ਉਹਦੇ ਕੋਈ ਕਲਿੱਪ ਵੀਡੀਓ ਤੋਂ ਆਇਆ ਜਿਹੜਾ ਇਹਨਾਂ ਦੇ ਗੱਲ ਪੈ ਰਿਹਾ ਸੀ। ਕਿਤੇ ਨਾ ਕਿਤੇ ਸਾਨੂੰ ਇਹ ਗੱਲ ਸ਼ੱਕ ਦੇ ਦਾਇਰੇ ਦੇ ਵਿੱਚ ਆ, ਤਾਂ ਕਰਕੇ ਅਸੀਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ। ਮ੍ਰਿਤਕਾਂ ਦੇ ਨਾਮ ਮਹਿਤਾਬ ਸਿੰਘ, ਉਮਰ ਕਰੀਬ 55 ਸਾਲ, ਅਤੇ ਗੁਰਦੇਵ ਸਿੰਘ ਉਮਰ ਕਰੀਬ 35 ਸਾਲ। ਇਹ ਪੁਲਿਸ ਵੱਲੋਂ ਹੀ ਪਛਾਣੇ ਗਏ ਸੀ, ਪੁਲਿਸ ਵੱਲੋਂ ਹੀ ਲੈਂਦੇ ਗਏ ਸੀ, ਪੁਲਿਸ ਵੱਲੋਂ ਹੀ ਇਹ ਸਾਰੀ ਪੋਸਟਮਾਰਟਮ ਦੀ ਕਾਰਵਾਈ ਕਰਵਾਈ ਜਾ ਰਹੀ ਹੈ। ਕਾਰਵਾਈ ਉਪਰੰਤ ਕਰਨ ਉਪਰੰਤ ਸਾਰੇ ਬੋਡੀ ਜਾਂ ਹੋਰ ਜੋ ਵੀ ਕਰਵਾਉਣਾ ਹੈ ਕਾਰਵਾਈ, ਉਹ ਅੱਗੋਂ ਪੁਲਿਸ ਕਰਵਾਏਗੀ। अपना पंजाब NRI TV ਲਈ ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।